ਵੀ ਇੱਕ ਬੰਦਾ ਬਜ਼ੁਰਗ ਸੀ ਉਹਦੀਆਂ ਆਦਤਾਂ ਇੰਨੀਆਂ ਮਾੜੀਆਂ ਸੀ ਕਿ ਬਾਹਰ ਗਲੀ 'ਚ ਨਿਕਲ ਕੇ ਸਾਹਮਣੇ ਖੜ ਕੇ ਪਿਸ਼ਾਬ ਕਰ ਦਿੰਦਾ ਸੀ ਲੋਕਾਂ ਦੀਆਂ ਧੀਆਂ ਭੈਣਾਂ ਨਿਕਲਦੀਆਂ ਸੀਗੀਆਂ ਉਹ ਨੱਕ ਬੁੱਲ ਮਾਰਦੀਆਂ ਚਲੇ ਜਾਂਦੀਆਂ ਲੋਕੀ ਬੜੇ ਪਰੇਸ਼ਾਨ ਵੀ ਕਿਹਾ ਬੇਵਕੂ ਬੰਦਾ ਵੀ ਬਾਹਰ ਹੀ ਖੜ ਕੇ ਲੱਗਿਆ ਹੋਇਆ ਵੀ ਤੂੰ ਘਰੇ ਕਰ ਲੈ ਬਹਿ ਕੇ ਜਦੋਂ ਉਹਦਾ ਅੰਤਿਮ ਸਮਾਂ ਆਇਆ ਬੰਦੇ ਦਾ ਉਹਨੇ ਆਪਣੇ ਪੁੱਤ ਨੂੰ ਬੁਲਾਇਆ ਕਹਿੰਦਾ ਬੇਟੇ ਗੱਲ ਸੁਣ ਵੀ ਮੈਂ ਤਾਂ ਲੋਕਾਂ ਨੂੰ ਬਹੁਤ ਦੁਖੀ ਕੀਤਾ ਸਾਰੇ ਮੈਨੂੰ ਗਾਲਾਂ ਕੱਢਦੇ ਆ ਵੀ ਗੰਦਾ ਬੰਦਾ ਗੰਦਾ ਬੰਦਾ ਵੀ ਤੂੰ ਮੇਰੇ ਮਰਨ ਤੋਂ ਬਾਅਦ ਕੋਈ ਇਹੋ ਜਿਹਾ ਕੰਮ ਕਰੀ ਲੋਕ ਮੈਨੂੰ ਚੰਗਾ ਬੰਦਾ ਕਹਿਣ ਹੁਣ ਮੁੰਡਾ ਸੋਚਣ 'ਚ ਪੈ ਗਿਆ ਵੀ ਬਾਪੂ ਚੱਲ ਵਸਿਆ ਹੁਣ ਮੈਂ ਬਾਪੂ ਦੀ ਤਾਰੀਫ਼ ਕਿਵੇਂ ਕਰਾਂ ਚੰਗਾ ਬੰਦਾ ਇਹਨੂੰ ਕਿਵੇਂ ਕਹਾਵਾਂ ਉਹਨੇ ਕੀ ਕੀਤਾ ਬਾਪੂ ਤਾਂ ਖੜ ਕੇ ਪਿਸ਼ਾਬ ਕਰਦਾ ਸੀ ਵਾਲਾ ਤੁਰ ਫਿਰ ਕੇ ਕਰਨ ਲੱਗ ਗਿਆ ਪਿੰਡ 'ਚ ਕਦੇ ਕਿਸੇ ਦੇ ਘਰ ਦੇ ਮੂਹਰੇ ਕਦੇ ਕਿਸੇ ਦੇ ਕੋਲੇ ਦੇ ਮੂਹਰੇ ਲੋਕੀ ਕਹਿਣ ਸਾਲਿਆ ਤੇਰੇ ਨਾਲ ਤਾਂ ਤੇਰਾ ਬੁੜਾ ਚੰਗਾ ਸੀ ਸੋ ਕਹਿੰਦੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਕਹਿਣਾ ਇਹ ਚਾਹੁੰਦਾ ਵੀ 2 ਸਾਲਾਂ ਦੇ ਅੰਦਰ ਕਾਂਗਰਸ ਨੇ ਇਹੋ ਜਿਹੇ ਕੰਮ ਕੀਤੇ ਬਦੰਦਰ ਲੋਕਾਂ ਦੇ ਮੂੰਹੋਂ ਕਹਾ ਕੇ ਹਟਿਆ ਸਾਲੇ ਤੁਹਾਡੇ ਨਾਲ ਤੇ ਕਾਲੀ ਚੰਗੇ ਸੀ।